ਸਚਾਈ ਇੱਕ ਸੱਚ ਤੁਹਾਡੇ ਸਾਹਮਣੇ ਲੈ ਕੇ ਆਉਣਾ ਆ ਜੋ ਕਿ ਅੱਜ ਕੱਲ੍ਹ ਕਾਲ ਯੁੱਗ ਦਾ ਦੌਰ ਚੱਲਦਾ ਪਿਆ ਆ ਮੇਰੇ ਵੀਰ ਵੀਡੀਓ ਨੂੰ ਇੰਨੀ ਜ਼ਿਆਦਾ ਸ਼ੇਅਰ ਕਰਨਾ ਆ ਕਿ ਜੇ ਤੁਸੀਂ ਸ਼ੇਅਰ ਬਣਾਣਾ ਕੀਤੀ ਤੇ ਫਿਰ ਸਮਝੋ ਵੀ ਮਤਲਬ ਕਿ ਆਪਾਂ ਇਹੋ ਕਹਿ ਸਕਦੇ ਆ ਕੱਲਾ ਕਮੈਂਟਾਂ 'ਚ ਹੀ ਕਹਿ ਸਕਦੇ ਆ ਵੀ ਧੀਆ ਭੈਣਾ ਜਿਹੜੀਆਂ ਸੁਰੱਖਿਅਤ ਆ ਅੱਛਾ ਬਹੁਤ ਤਰ੍ਹਾਂ ਨਾਂ ਕੀ ਆ ਹਾਂ ਨਹੀਂ ਪਤਾ ਕੀ ਨਾਂ ਵੀ ਦੀ ਇਹਦਾ ਸ਼ਿੰਦਰ ਸ਼ਿੰਦਰ ਅਸ਼ਬ ਬੋਲਦੀ ਹੈ ਨਾ ਵੀਰ ਜੀ ਆਪਣਾ ਭੈਣ ਆ ਇਹਦਾ ਨਾਂ ਆ ਸ਼ਿੰਦਰ ਦਿਮਾਗੀ ਤੌਰ ਤੇ ਮਤਲਬ ਕੀ ਨਹੀਂ ਠੀਕ ਹੈ ਕੀ 100 ਦੇ ਵਿੱਚੋਂ ਮੈਨੂੰ ਲੱਗਦਾ ਵੀ 40% 45 45% ਕ ਹੋਊਗੀ ਤੇ ਪਿੰਡ ਦੇ ਵਿੱਚ ਤੁਰ ਹੀ ਫਿਰਦੀ ਆ ਵਿਚਾਰੀ ਠੀਕ ਹੈ ਜੀ ਤੇ ਮੈਂ ਉਹ ਮੁੰਡੇ ਦਾ ਵੀ ਬਹੁਤ ਧੰਨਵਾਦ ਕਰਦਾ ਜਿਨੇ ਸਾਨੂੰ ਦੱਸਿਆ ਠੀਕ ਹੈ ਵੀ ਇਦਾਂ ਮਤਲਬ ਪਿੰਡ ਦੇ ਵਿੱਚ ਚੁਰੀ ਫਿਰਦੀ ਹਨਾ ਹੁਣ ਸੋਚੇ ਵੀ ਆਇਆ ਵੀ ਕਈ ਜਿਹੜੇ ਕੁੱਤੇ ਲੋਕ ਹੁੰਦੇ ਆ ਨਾ ਕਲਯੁਗੀ ਲੋਕ ਸਾਨੂੰ ਅਸੀਂ ਵੀਡੀਓ ਤਾਂ ਬਣਾ ਰਹੇ ਵੀਰੋ ਕਿ ਇਸ ਭੈਣ ਦੀ ਅੱਜ ਸਾਰੇ ਨੇ ਵੀਡੀਓ ਦੇਖ ਲੈਣੀ ਹੈ ਤੇ ਜੇ ਹੁਣ ਇਹਨੂੰ ਕਮਰੇ 'ਚ ਬੰਦ ਕਰਕੇ ਰੱਖਦੇ ਆਏ ਕਿਉਂਕਿ ਇਦਾਂ ਹੀ ਕਮਰੇ ਚੋਂ ਕੱਢ ਕੇ ਲੈ ਕੇ ਆਏ ਆ ਹੁਣ ਇਦਾਂ ਹੀ ਵਿਚਾਰੀ ਨਾ ਕਦੀ ਕਿਤੇ ਕਦੀ ਕਿਤੇ ਹੁਣ ਉਹਨੂੰ ਨਾ ਸਮਝ ਨਹੀਂ ਪਤਾ ਹੀ ਨਹੀਂ ਗੱਲਾਂ ਦਾ ਹਨਾ ਤੇ ਨਾ ਸਮਝ ਨੂੰ ਮਿਸ ਯੂਜ਼ ਕਰਨਾ ਤੁਸੀਂ ਸਮਝੋਗੇ ਮਿਸ ਯੂਜ਼ ਕਰਨਾ ਗਲਤ ਕਰਨਾ ਇਹ ਕਿੱਡੀ ਬਹਾਦਰੀ ਵਾਲੇ ਨਾ ਮਰਦ ਕੁੱਤੇ ਲੋਕ ਜਿਹੜੇ ਆ ਇਹ ਕੀ ਕਰਦੇ ਪਏ ਆ ਦੱਸੋ ਤੁਸੀਂ ਮੈਂ ਤੇ ਤੁਸੀਂ ਇਹਦੇ ਭਰਾ ਲੱਗਦੇ ਆ ਤੇ ਜਿਹੜੀ ਸੰਸਥਾ ਤੁਹਾਡੇ ਕੋਲ ਆਈ ਸੀ ਉਹ ਉਹਨਾਂ ਨੇ ਤੁਹਾਨੂੰ ਕਿਹਾ ਕਿ ਫਾਰਮ ਭਰੋ ਹਨਾ ਹਾਂਜੀ ਫਾਰਮ ਭਰਤੇ ਆ ਫਾਰਮ ਭਰਤੇ ਤੁਸੀਂ ਤੇ ਫਿਰ ਲੈ ਕੇ ਤਾਂ ਨਹੀਂ ਗਏ ਕਿ ਇਹਦਾ 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 ਕੁਝ ਬਣਿਆ ਨਹੀਂ ਆ ਇਹਦਾ ਵੀ ਜੀ ਪ੍ਰੂਫ ਨਹੀਂ ਲੈ ਕੋਈ ਹੈਗਾ ਇਹ ਇਹ ਤੁਹਾਡੀ ਭੈਣ ਆ ਇਹ ਤੋਂ ਵੱਧ ਪ੍ਰੂਫ ਦੱਸੋ ਵੀਰੋ ਤੁਸੀਂ ਵੀ ਕੀ ਹੋਊਗਾ ਜੇ ਕਰਨੀ ਸੇਵਾ ਤੇ ਫਿਰ ਪ੍ਰੂਫ ਕਦਾ ਅੱਜ ਕੁੜੀ ਨੂੰ ਸਾਰੇ ਜਾਣੇ ਦੇਖ ਲਓ ਤੁਸੀਂ ਜਿਹੜੇ ਲਾਗੇ ਲਾਗੇ ਪਿੰਡਾਂ ਵਾਲੇ ਜਿੰਨੇ ਵੀ ਆ ਜੇ ਕਿਹਨੇ ਵੀ ਇਸ ਭੈਣ ਵੱਲ ਉਂਗਲ ਹੱਥ ਅੱਖ ਕਰਨ ਦੀ ਕੋਸ਼ਿਸ਼ ਕੀਤੀ ਤੇ ਟਕ ਲਾਵਾਂਗੇ ਠੀਕ ਆ ਟਕ ਲਾਵਾਂਗੇ ਟਕ ਤੇ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਹੱਥ ਬੰਨ ਕੇ ਜਿੰਨੇ ਵੀ ਆ ਇਹ ਵੀਡੀਓ ਆ ਦੇਖੋ ਲੈ ਆ ਉਹਨੂੰ ਲੈ ਆ ਉਹਨੂੰ ਆਹ ਕਮਰੇ ਚ ਬੰਦ ਰੱਖਦੇ ਵੀਰੋ ਲੋਕੀ ਐਡੇ ਹਰਾਮੀ ਆ ਨਾ ਬਾਈ ਜੀ ਜੇ ਤੁਸੀਂ ਅੱਜ ਸ਼ੇਅਰ ਨਾ ਕੀਤੀ ਨਾ ਤੇ ਸਮਝਿਓ ਕਿ ਉਦਾਂ ਕਮੈਂਟਾਂ 'ਚ ਨਾ ਕਿਹਾ ਕਰੋ ਧੀਆ ਪੈਣਾ ਦੀ ਹਨਾ ਪੀ ਜਨ ਆਵੇ ਆ ਕਮਰੇ ਆ ਕਮਰੇ ਦੇ ਵਿੱਚ ਬੰਦ ਵਿਚਾਰੀ ਰਹਿੰਦੀ ਆ ਆ ਕਮਰੇ 'ਚ ਬੰਦ ਰਹਿੰਦੀ ਆ ਮਿਸਯੂਜ਼ ਕਰਨ ਵਾਲੇ ਪਤਾ ਨਹੀਂ ਮੈਂ ਕੀ ਕਵਾਂ ਮੈਂ ਜੀ ਕਰਦਾ ਵੀ ਕੁਹਾੜੀਆਂ ਲੈ ਲੈ ਕੇ ਉਹਦੇ ਸਿਰਾਂ ਦੇ ਵਿੱਚ ਮਾਰ ਮਾਰ ਕੇ ਮਾਰਦਾ ਮੈਂ ਲੱਭਣੇ ਵੀ ਆ ਉਹਨਾਂ ਨੂੰ ਪਤਾ ਪਤਾ ਵੀ ਲੱਗੂਗਾ ਲੋਕ ਮੈਨੂੰ ਕਹਿ ਦਿੰਦੇ ਆ ਤੂੰ ਕੀ ਕੀਤਾ ਕੌਮਲੀ ਅੱਜ ਮੈਨੂੰ ਉਹ ਬੰਦੇ ਮੈਂ ਲੱਭ ਜਾਨਾ ਕਿਤੇ ਦਿਖ ਭਣ ਕਿਤੇ ਉਹ ਮੈਨੂੰ ਤੇ ਮੈਂ ਮਾਰਦਾ ਤੇ ਨਾ ਕਿਸ ਨਾ ਇਹੋ ਜਿਹਾ ਕੁਝ ਗਲਤ ਕੀਤਾ ਕਿਨੇ ਕੁਝ ਕੀ ਆ ਤੈਨੂੰ ਨੰਗ ਦੀਆਂ ਦੀਨ ਨੂੰ ਗੱਲਬਾਤ ਕੋਈ ਇਹੋ ਜਿਹੀ ਕੀਤੀ ਤੇਰੇ ਨਾਲ ਬਾਊ ਨਹੀਂ ਕੀਤੀ ਤੈਨੂੰ ਪੁੱਤ ਕੀ ਪਤਾ ਚੱਲ ਤੂੰ ਆ ਜਾ ਬਾਹਰ ਆ ਜਾ ਆ ਜਾ ਆ ਜਾ ਆਉ ਉੱਚ ਕੀ ਰੱਖਿਆ ਸੀ ਹਾਂਜੀ ਉੱਚ ਕੀ ਮੇਰਾ ਪੁੱਤ ਰੱਖਿਆ ਸੀ ਕੀ ਚ ਆਓ ਕੰਨੀ ਚ ਇੱਕ ਐਨੀ ਚ ਇਹਦੇ ਚ ਕੀ ਆ ਕੀ ਵਿਖਾ ਕੇ ਨਹੀਂ ਚੁੱਕੀ ਆ ਜਾ ਬਾਹਰ ਇੱਕ ਲੈ ਕੇ ਆ ਬਾਹਰ ਲੈ ਕੇ ਇਹ ਚ ਪਾਣੀ ਪੀਣੀ ਹੈ ਹੈ ਇਹ ਚ ਪਾਣੀ ਪੀਣੀ ਉਹ ਗਲਾ ਦੇਖਣਾ ਭੈੜਾ 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 ਤੂੰ ਬੈਜਾ ਬੈਠਾ ਮੇਰਾ ਪੁੱਤ ਬੈ ਜਾ ਅੱਛਾ ਪਾਣੀ ਵਾਹ ਲਾ ਉਹ ਗਲਾਸ ਤੇਰਾ ਬਈ ਰੋਟੀ ਵਧੀਆ ਦਿਨੇ ਨਾ ਪਕਾ ਕੇ ਰੋਟੀ ਵਧੀਆ ਤੂੰ ਵੀ ਭਰਾ ਹੀ ਆ ਨਹੀਂ ਨਹੀਂ ਭਰਾ ਹੀ ਮੈਂ ਤਾਇ ਦਾ ਤਾਇ ਦਾ ਮੁੰਡਾ ਆ ਜਾ ਬਾਹਰ ਆ ਬਾਹਰ ਆ ਜਾ ਬਾਹਰ ਮੇਰੀ ਭੈਣ ਆ ਘਰ ਆ ਠੀਕ ਹੈ ਜੀ ਤੇ ਆ ਕਮਰਾ ਹੈ ਜਿੱਚ ਰਾਤ ਨੂੰ ਮੈਨੂੰ ਲੱਗਦਾ ਹੁਣ ਦੋ ਇਹਨਾਂ ਦੋਵਾਂ ਕਮਰੇ ਆ ਮਤਲਬ ਕਿ ਤੁਸੀਂ ਦੋ ਭਰਾ ਦੱਸਿਆ ਨਾ ਹਾਂਜੀ ਦੋਵਾਂ ਦੋਵੇਂ ਆਏ ਨਹੀਂ ਇੱਕ ਵੀਰੇ ਚਲੇ ਗਿਆ ਕੀ ਕਰਦੀ ਉਹਦੀ ਵੀ ਆਇਆ ਸੀ ਵੇਹੇ ਤੇ ਇਹੋ ਹੀ ਕਮਰੇ ਚ ਕਿਉਂ ਪੈਣਾ ਰੱਖਦੇ ਆਪਾਂ ਇਹਨੂੰ ਤੇ ਵੀਰ ਜੀ ਆ ਫਿਰ ਅਸੀਂ ਜਦੋਂ ਰਾਤ ਨੂੰ ਕੋਲਦੇ ਨੇ ਸਵੇਰੇ ਨਿਕਲ ਜਾਂਦੀ ਆ ਨਾ ਅੱਛਾ ਜਦੋਂ ਇਹ ਦਾ ਕਮਰਾ ਉੱਤਰਾਮੀ ਪੈ ਰਹੀਦਾ ਤੇ ਫਿਰ ਇਹ ਨੂੰ ਜਨੇਚਰ ਬੰਦ ਨਾ ਕਰੀ ਉਹਨੇ ਪਹਿਣਾ ਤੂੰ ਕੀ ਚਾਹਨੀ ਆ ਵੀ ਇਹ ਠੀਕ ਹੋਣਾ ਠੀਕ ਹੋਵੇ ਅਹੀਂ ਤੇ ਵੀਰ ਜੀ ਆਨੇ ਪੀ ਠੀਕ ਹੋਵੇ ਚਲੋ ਦੁੱਜੀਆਂ ਆਪੋ ਆਪਣੇ ਘਰੋਂ ਘਰੀ ਆ ਤੇ ਵੀ ਆਪਣੇ ਘਰੇ ਪੀ ਚਲੋ ਵਸੇ ਰਸੇ ਵਧੀਆ ਹੋਵੇ ਅਹੀਂ ਤੇ ਇਹੋ ਚਾਹਨੇ ਪੀ ਠੀਕ ਠਾਕ ਹੋਵੇ ਚੱਲ ਦਲਬਾਗ ਆਪਣਾ ਚੱਲੀਏ ਹਨਾ ਤੇ ਵੀਰਾਂ ਨਾਲ ਕਰ ਲਈ ਫੜੇ ਬਣਾ ਦੇ ਆ ਫੜ ਕੇ ਫੜੇ ਬਣਾ ਦੋ ਐਸਾ ਸਤਿ ਸ਼੍ਰੀਕਾਲ ਸਾਰੇ ਸਾਰੇ ਇਧਰ ਇਧਰ ਕੈਮਰੇ 'ਚ ਤੋਲ ਤੂੰ ਤੇਰਾ ਅੰਤ ਨਾ ਪਾਰਾ ਗਗੰਟੇ ਲਓ ਜੀ ਲੈ ਕੇ ਚੱਲੇ ਆ ਕਿਤੇ ਸੰਸਤਾ ਕੇ ਹੱਥ ਨਹੀਂ ਪਾਇਆ ਜਿੱਥੇ ਲੈ ਕੇ ਚੱਲੇ ਆ ਉਹ ਸੰਸਤਾ ਦਾ ਆਪਾਂ ਤੁਹਾਨੂੰ ਨਾਮ ਜਰੂਰ ਦੱਸਾਂਗੇ ਜਾ ਕੇ ਉੱਥੇ ਲਾਈਵ ਹੋਵਾਂਗੇ ਤੁਸੀਂ ਦੇਖ ਲਿਓ